YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ। ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਅੱਜ ਆਪਾਂ ਪਹੁੰਚੇ ਹੋਏ ਆ ਦੋਸਤੋ ਸੁਨਾਮ ਸ਼ਹਿਰ। ਸੁਨਾਮ ਸ਼ਹਿਰ 'ਚ ਇਹ ਪੈ ਜਾਂਦਾ ਕੱਚੀ ਪਹੀ ਤੇ ਪੈ ਜਾਂਦਾ ਖੇਤਾਂ 'ਚ ਘਰ ਬਾਈ ਦਾ, ਜਿਹੜੀ ਕੈਮਰੇ 'ਚ ਤੁਹਾਨੂੰ ਬੱਛੀ ਨਜ਼ਰ ਆ ਰਹੀ ਹੈ ਸਾਹਮਣੇ, ਭਲੂਣ ਸੂਣਾ ਦੋਸਤੋ। ਬਾਕੀ ਦਿਨ ਪੂਰੇ ਹੋਣ 'ਚ ਅਜੇ ਦਿਨ ਪਏ ਨੇ, ਬਾਕੀ ਕੁਛ ਦਿਨ ਉੱਪਰ ਲੈ ਜੂਗੀ ਅਤੇ ਬਾਕੀ ਅਗਲੀ ਗੱਲਬਾਤ ਮੈਂ ਸਾਰੀ ਬਾਈ ਨਾਲ ਕਰਾ ਦੂੰਗਾ। ਇੱਕ ਵਾਰੀ ਤੁਹਾਨੂੰ ਬੱਛੀ ਨੇੜ ਤੋਂ ਦਿਖਾ ਦੇਣਾ। ਆ ਨਿੱਕੇ ਨਿੱਕੇ ਸਿੰਘ ਨੇ ਦੋਸਤੋ, ਦਾਗੇ ਹੋਏ ਸੀ ਮਾੜੇ ਮੋਟੇ, ਆ ਜਾਂਦੇ ਨੇ ਬਾਅਦ 'ਚੋਂ, ਕੋਈ ਐਡੀ ਸਮੱਸਿਆ ਨਹੀਂ ਹੁੰਦੀ, ਇਹਨਾਂ ਦੀ ਤਿੱਖੇ ਨਹੀਂ ਹੈਗੇ ਅੱਗੇ ਤੋਂ। ਅਤੇ ਸਾਹੀਵਾਲ ਅਤੇ ਜਰਸੀ ਦਾ ਕ੍ਰੋਸ ਆ ਦੋਸਤੋ, ਇੱਕ ਵਾਰ ਨੇੜ ਤੋਂ ਦਿਖਾ ਦੇਣਾ ਮੈਂ ਤੁਹਾਨੂੰ। ਥਣ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ, ਭਲਾਈਆਂ ਕਰੀ ਜਾਂਦੀ ਆ ਬੱਛੀ, ਹਜੇ 10 ਤੋਂ 12 ਦਿਨ ਤਕਰੀਬਨ ਲੈ ਜੂਗੀ। ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰੂਗੀ, ਹਜੇ ਕਾਫੀ ਦਿਨ ਪਏ ਨੇ ਇਹਦੀ ਮਾਦਰ ਦਾ ਵੀ, ਬਾਈ ਚੰਗਾ ਰਿਕਾਰਡ ਦੱਸਦਾ ਅਤੇ ਬਾਕੀ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਾ ਦਿੰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਨਾਮ ਦੱਸ ਦਿਓ ਬਾਈ ਆਪਣਾ। ਨਾਮ ਗਗਨਦੀਪ ਸਿੰਘ ਹੈ ਵੀਰੇ ਆਪਣਾ। ਅੱਛਾ, ਆਪਣਾ ਐਡਰੈਸ ਦੱਸ ਦਿਓ ਬਾਈ। ਆਪਣਾ ਐਡਰੈਸ ਵੀਰੇ ਸੁਨਾਮ, ਡਿਸਟ੍ਰਿਕਟ ਸੰਗਰੂਰ, ਕੱਚੀ ਪਹੀ ਸੁਨਾਮ, ਕੱਚੀ ਪਹੀ ਵੱਜਦੀ ਆ ਆਪਣੀ। ਇਹ ਨਾ ITI ਚੌਂਕ ਤੋਂ ਜਦੋਂ ਆਪਾਂ ਜਾਖਲ ਰੋਡ ਨੂੰ ਜਾਂਦੇ ਹਾਂ, ਲਹਿਰੇ ਨੂੰ ਜਾਂਦੇ ਹਾਂਗੇ, ਉੱਥੋਂ ਇੱਕ ਸੜਕ ਪਾੜਦੀ ਹੈਗੀ, ਵੈਸੇ ਤਾਂ ਉਹ ਪੱਕੀ ਸੜਕ ਹੈ, ਵੈਸੇ ਕੱਚੀ ਪਹੀ ਵੱਜਦੀ ਆ ਆਪਣੀ। ਠੀਕ ਹੈ ਬਾਈ, ਇਹਨੇ ਕਿੰਨਵੇਂ ਸੂਏ ਸੁਣਾ ਮੱਛੀ ਨੇ? ਇਹ ਭਲੂਣ ਸੂ ਵੀਰੇ। ਕਿੰਨੇ ਕੁ ਦਿਨ ਰਹਿੰਦੇ ਨੇ ਇਹਦੇ? ਦਿਨ ਇਹਦੇ ਵੀਰੇ ਮੰਨ ਲਓ ਵੀ 12-15 ਦਿਨ ਲੈ ਜੂਗੀ ਇਹ ਹਾਲੇ। ਅੱਛਾ, ਦਿਨ ਪੂਰੇ ਹੋਣ 'ਚ ਵੀ ਪਏ ਨੇ? ਦਿਨ ਪੂਰੇ ਹੋਣ 'ਚ ਪਏ ਨੇ ਹਾਲੇ 6-7 ਦਿਨ ਇਹਦੇ ਬਾਈ, 5-4 ਦਿਨ ਉੱਪਰ ਲੈ ਜੂ ਮੰਨ ਲਓ, ਉਹੀ 10-12 ਦਿਨ ਹੋ ਗਏ। ਠੀਕ ਹੈ ਜੀ, ਠੰਡੀ ਸੀਲ ਹੈ? ਪੂਰੀ ਵਧੀਆ ਵੀਰੇ, ਆਪਣੀ ਘਰ ਦੀ ਬੱਛੀ ਪਾਲੀ ਹੋਈ ਹੈ, ਇਹਦੀ ਮਾਂ ਥੱਲੇ ਵੀ ਬਹੁਤ ਵਧੀਆ ਦੁੱਧ ਸੀਗਾ, ਦੂਜੇ ਸੂਏ ਵੇਚੀ ਸੀ, 16 ਲੀਟਰ ਦੁੱਧ ਸੀ ਇਹਦੀ ਮਾਂ ਥੱਲੇ, ਆਪਣੇ ਫਰੈਂਡ ਨੂੰ ਇਹ ਵੇਚੀ ਸੀ, ਹੈਗਾ ਹਾਲੇ ਵੀ ਉਹਨੇ ਰੱਖੀ ਹੋਈ ਹੈਗੀ, ਵਧੀਆ ਰਿਜ਼ਲਟ ਸੀ ਬਾਈ ਪੂਰਾ। ਆਪਣੇ ਸਰਕਲ 'ਚ ਹੀ ਖੜੀ ਆ, ਜੇ ਕਿਸੇ ਬਾਈ ਨੇ ਦੇਖਣੀ ਹੋਵੇ ਆਪਾਂ ਦਿਖਾ ਵੀ ਦੇਵਾਂਗੇ ਕੁਝ ਹੈਗੀ ਆਪਣੇ ਲਵੇ। ਹਾਂ ਫਰੈਂਡ 'ਚ ਹੀ ਆਪਣੇ। ਠੀਕ ਹੈ ਜੀ, ਸਰਕਲ 'ਚ। ਹਾਂ ਬਾਈ, ਇਹਦਾ ਰੇਟ ਕਿੰਨਾ ਕਰਦੇ ਬਾਈ? ਰੇਟ ਬਾਈ ਦੇ ਦਾਂਗੇ 30 ਦੇ ਲੈਵਲ ਲਾਉਣੇ ਜੀ। ਅੱਛਾ, ਲੈਣ ਦੇਣ ਵਾਲਾ ਰੇਟ ਹੀ? ਲੈਣ ਦੇਣ ਵਾਲੀ ਆ ਬਸ, ਥੋੜਾ ਮੋਟਾ ਮਾਣ ਤਾਣ ਹੋ ਜਾਊਗਾ ਉੱਪਰ ਥੱਲੇ। ਠੀਕ ਹੈ ਬਾਈ, ਨੰਬਰ ਬੋਲ ਦਿਓ ਆਪਣਾ। ਨੰਬਰ ਵੀਰੇ ਹੈਗਾ ਆਪਣਾ 88-722-0305-05। ਇੱਕ ਵਾਰੀ ਫੇਰ ਬੋਲ ਦਿਓ, 88-722-0305-05। ਠੀਕ ਹੈ ਬਾਈ, ਖੋਲ ਕੇ ਘੁਮਾ ਦੇ ਜੇ ਡਰਦੀ ਨਹੀਂ। ਹਾਂ ਵੀਰੇ, ਦੇਣਾਗੇ। ਜਰਸੀ ਤੇ ਸਾਹੀਵਾਲ ਦਾ ਕ੍ਰੋਸ ਹੈ ਦੋਸਤੋ, ਗਰਮੀ 'ਚ ਚੱਲਣ ਵਾਲੀ ਗਾਂ ਹੈ, ਪਿਓਰ HF ਨੇ, ਜਿਹੜੀਆਂ ਗਰਮੀ ਦੇ ਵਿੱਚ ਇੰਨੀਆਂ ਨਹੀਂ ਚੱਲਦੀਆਂ, ਫਾਰਮਾਂ ਦੇ ਵਿੱਚ ਹੀ ਹੁੰਦੀਆਂ ਨੇ ਤਕਰੀਬਨ। ਬਾਕੀ ਦਰਮਿਆਨੇ ਕੱਦ ਕਾਠ 'ਚ ਆ, ਛੋਟੇ ਕੱਦ ਕਾਠ 'ਚ ਆ ਦੋਸਤੋ, ਅਤੇ ਬਾਕੀ ਮੋਟੇ ਥਣ ਲੱਗੇ ਨੇ ਹਜੇ ਸੂਣ 'ਚ। ਬਾਈ ਕਹਿੰਦਾ 10-11 ਦਿਨ ਪਏ ਨੇ ਅਤੇ 10-15 ਦਿਨਾਂ ਨੂੰ ਬੱਛੀ ਬਹੁਤ ਬਣ ਜੂਗੀ ਹਜੇ। ਅਤੇ ਬਾਕੀ ਮੇਨ ਮੁੱਦਾ ਹੁੰਦਾ ਦੋਸਤੋ, ਗਰਮੀ ਦੇ ਵਿੱਚ ਨੋਰਮਲ ਰੇਟ ਵਾਲੀ ਹੈ ਅਤੇ ਦੁੱਧ ਚੰਗਾ ਪਿਆ ਦੂਗੀ ਗਰਮੀ ਦੇ ਵਿੱਚ। ਅਤੇ ਗਰਮੀ ਇਹ ਗਾਵਾਂ ਨੇ ਜਿਹੜੀਆਂ ਦੋਸਤੋ, ਗਰਮੀ ਬਹੁਤ ਘੱਟ ਮਨਾਉਂਦੀਆਂ ਨੇ, ਗਰਮੀ ਸਰਦੀ ਜਿਹੜੇ ਮਰਜ਼ੀ ਮੌਸਮ ਦੇ ਵਿੱਚ ਇਹਨੂੰ ਰੱਖੋ, ਦੋਵੇਂ ਮੌਸਮਾਂ ਦੇ ਵਿੱਚ ਹੀ ਚੱਲਦੀ ਆ ਦੋਸਤੋ। ਇਹਦਾ ਮਤਲਬ HF ਵਾਲਾ ਕੰਮ ਨਹੀਂ ਹੁੰਦਾ ਵੀ ਗਰਮੀ ਜ਼ਿਆਦਾ ਮੰਨਦੀ ਹੈ, ਠੰਡੀ ਸੀਲ ਗਾਂ ਬਾਈ ਕਹਿੰਦਾ। ਅਤੇ ਬਾਕੀ ਇਹਦੀ ਫੈਂਟ ਪਰਸੈਂਟੇਜ ਬਹੁਤ ਹੋਣੀ ਬਾਈ, ਹੈ ਨਾ? ਹਾਂ ਬਾਈ, ਇਹ ਲਾ ਲਓ ਵੀ ਮਾਂ ਨੇ ਵਧੀਆ ਪੂਰਾ ਐਨ ਗਾੜਾ ਦੁੱਧ ਅਸੀਂ ਪਾਇਆ ਪੂਆ, ਤਾਂ ਕਦੇ ਹੈ ਨਹੀਂ ਐਵੇਂ ਕਹੀਏ ਫੈਟ ਫੂਟ ਤਾਂ, ਪਰ ਪੂਰਾ ਮਾਤਾ ਦੱਸ ਦਿੰਦੀ ਵੀ ਘਿਓ ਬਹੁਤ ਹੁੰਦਾ ਸੀ ਇਹਦੀ ਮਾਂ ਥੱਲੇ, ਗਾੜਾ ਵਧੀਆ ਦੁੱਧ ਹੁੰਦਾ ਸੀ ਬਾਈ। ਅਤੇ ਉਹ ਵੀ ਕਹਿ ਲਾ ਲਓ ਵੇਚਣੀ ਨਹੀਂ ਸੀਗੀ ਤੁਹਾਡੇ ਵਾਂਗੂ, ਆਪਣਾ ਭਰਾ ਸੀ ਕੋਈ, ਉਹ ਮਜਬੂਰੀ 'ਚ ਲੈ ਕੇ ਗਿਆ ਸੀ, ਆ ਧੱਕੇ ਨਾਲ ਦਿੱਤੀ ਉਹਨੂੰ ਲੈ ਕੇ ਗਿਆ, ਮੰਨ ਕੇ ਚਲੋ ਆਪਣੇ ਤੋਂ ਵੀ ਆਪਾਂ ਵੇਚਦੇ ਨਹੀਂ ਸੀ ਉਹ ਵੀ ਬਾਈ। ਠੀਕ ਹੈ ਜੀ, ਇੱਕ ਵਾਰ ਮੂੰਹ ਮੱਥਾ ਫਿਰ ਤੋਂ ਦਿਖਾ ਦੇਣਾ ਦੋਸਤੋ। ਬਾਕੀ ਇਹ ਗਾਵਾਂ ਦੀ ਇੱਕ ਖਾਸੀਅਤ ਪਾਈ ਜਾਂਦੀ ਹੈ, ਕਹਿੰਦੇ ਵੀ ਇਹਨਾਂ ਦੇ ਦੁੱਧ ਨਾਲ ਤਕਰੀਬਨ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਅੱਜ ਕੱਲ੍ਹ ਹਰੇਕ ਹਰਿਆਣੇ ਦੇ ਵਿੱਚ। ਤਾਂ ਜਦੋਂ ਆਪਾਂ ਜਾਂਦੇ ਹਾਂ ਕਈ ਵਾਰੀ ਵੀਡੀਓ ਸ਼ੂਟ ਕਰਦੇ ਹਾਂ ਮਿੱਤਰ ਪਿਆਰਿਆਂ ਕੋਲ, ਹਰੇਕ ਦੇ ਘਰ ਇੱਕ ਦੇਸੀ ਗਾਂ ਜਾਂ ਸਾਹੀਵਾਲ ਪਾਈ ਜਾਂਦੀ ਹੈ ਹਰੇਕ ਘਰ 'ਚ।
ਕਿਉਂਕਿ ਇਹਨਾਂ ਦੇ ਦੁੱਧ ਨਾਲ ਜਿਹੜਾ ਕਾਫੀ ਬਿਮਾਰੀਆਂ ਦੂਰ ਹੁੰਦੀਆਂ ਨੇ, ਜਿਵੇਂ ਕਬਜ਼ ਰੋਗ ਹੋ ਗਏ, ਕਈ ਰੋਗ ਹੋ ਗਏ ਜੀ। ਬਾਕੀ ਜਿਹੜੇ ਵੀਰ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਇਹਦੇ ਬਾਰੇ ਪਤਾ ਵੀ ਇਹਦਾ ਦੁੱਧ ਆ ਜਿਹੜਾ A2 ਮਿਲਕ ਪਾਇਆ ਜਾਂਦਾ ਦੋਸਤੋ। ਬਾਕੀ ਨੰਬਰ ਮੈਂ ਬਾਈ ਦਾ ਦੋਸਤੋ ਬਾਈ ਦਾ ਸਕਰੀਨ 'ਤੇ ਲਾ ਦੂੰਗਾ, ਜਿਹਨੂੰ ਵੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ। 30,000 ਰੁਪਇਆ ਰੇਟ ਕਰਿਆ, ਬਾਕੀ ਬਾਈ ਨੇ ਇਹ ਰੇਟ ਫਿਕਸ ਨਹੀਂ ਹੁੰਦੇ ਦੋਸਤੋ, ਮੌਕੇ 'ਤੇ ਆਇਆਂ ਦਾ ਮਾਣ ਤਾਣ ਜ਼ਰੂਰ ਹੋਊਗਾ ਜਿਹੜੇ ਦੂਰ ਤੋਂ ਆਉਣਗੇ ਭਰਾ। ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਚੀਜ਼ ਦਾ ਇੱਕ ਆਈਡੀਆ ਮਿਲ ਜਾਣਾ ਦੋਸਤੋ, ਖਰੀਦਣੀ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਆ ਨੇੜ ਆ ਕੇ। ਬਾਕੀ ਨੰਬਰ ਬਾਈ ਦਾ ਚੱਲੂਗਾ ਸਕਰੀਨ 'ਤੇ, ਇਹ ਸ਼ਹਿਰ ਸੁਨਾਮ ਦੇ ਵਿੱਚ ਹੀ ਪਾਇਆ ਜਾਂਦਾ ਦੋਸਤੋ, 1-2 ਕਿਲੋਮੀਟਰ ਹਟਵਾਂ ਹੀ ਹੈ ਬਾਈ ਨੇ ਦੱਸਿਆ। ਬਾਕੀ ਐਡਰੈਸ ਸਾਰਾ ਵੀ ITI ਤੋਂ ਜਿਹੜਾ ਰੋਡ ਲਹਿਰਾ ਜਾਖਲ ਹੋ ਕੇ ਹਰਿਆਣੇ ਨੂੰ ਜਾਂਦਾ ਸੁਨਾਮ ITI ਦੇ ਕੋਲੋਂ 1-1.5 ਕਿਲੋਮੀਟਰ ਆ ਕੇ ਖੱਬੇ ਹੱਥ ਇੱਕ ਸੜਕ ਮੁੜਦੀ ਆ, ਮਸ਼ਹੂਰ ਆ ਕੱਚੀ ਪਹੀ ਦੇ ਨਾਮ ਨਾਲ, ਉਹਦੇ 'ਤੇ ਬਾਈ ਦਾ ਘਰ ਹੈ। ਅਤੇ ਬਾਕੀ ਬਾਈ ਦਾ ਨੰਬਰ ਮੈਂ ਲਾ ਦੇਣਾ, ਬਾਈ ਨੂੰ ਫੋਨ ਕਰਕੇ ਜਿਹੜੇ ਵੀਰ ਨੂੰ ਪਸੰਦ ਆਊਗੀ ਬੈਡ ਨੇੜ ਆ ਕੇ ਤਸੱਲੀ ਕਰਕੇ ਦੋਸਤੋ ਖਰੀਦ ਸਕਦਾ। ਬਾਕੀ ਇਹ ਤਾਂ ਇੱਕ ਵਿਕਾਊ ਨਗ ਸੀਗਾ, ਬਾਕੀ ਬਾਈ ਹੋਰੀ ਵਾਹਵਾ ਸ਼ੌਂਕ ਰੱਖਦੇ ਨੇ ਬੱਕਰੀਆਂ ਵਗੈਰਾ ਦਾ, ਉਹ ਤੁਹਾਨੂੰ ਸ਼ੌਂਕ ਵਾਸਤੇ ਦੋਸਤੋ ਦਿਖਾ ਦੇਣਾ, ਅਤੇ ਥੋੜ੍ਹੀ ਜਿਹੀ ਬੱਕਰੀਆਂ ਦੀ ਜਾਣਕਾਰੀ ਵੀ ਬਾਈ ਤੋਂ ਆਪਾਂ ਲਵਾਂਗੇ। ਦੋਸਤੋ ਆਹ ਬਾਈ ਕੋਲ ਬੱਕਰੀਆਂ ਰੱਖੀਆਂ ਹੋਈਆਂ ਨੇ, ਬਾਈ ਪੂਰੇ ਸ਼ੌਂਕ ਨਾਲ ਰੱਖਦਾ ਜਾਨਵਰ, ਅਤੇ ਇੱਧਰ ਕੁੱਕੜ ਵੀ ਨੇ ਖੁੱਡੇ 'ਚ ਬੰਦ, ਉੱਧਰ 1-2 ਕੁੱਤੇ ਵੀ ਬੈਠੇ ਨੇ ਵਿਹੜੇ 'ਚ, ਖੇਤ 'ਚ ਹੀ ਰਹਿੰਦਾ, ਅਤੇ ਬਾਈ ਸਬਜ਼ੀ ਦਾ ਕੰਮ ਵੀ ਕਰਦਾ। ਆਹ ਬਾਈ ਵਾਲਾ ਬੋਕ ਆ ਜਿਹੜਾ ਆਪਾਂ ਇਹਨੂੰ ਨੇੜ ਤੋਂ ਦਿਖਾਉਂਦੇ ਹਾਂ, ਅਤੇ ਫਿਰ ਬਾਕੀ ਜਾਣਕਾਰੀ ਇਹ ਤੋਂ ਬਾਈ ਦੀ ਸਾਰੀ ਪੁੱਛ ਦਾਂਗੇ। ਉਮਰ 'ਚ ਤਾਂ ਹਜੇ ਨਿਆਣਾ ਹੀ ਲੱਗਦਾ ਮੇਰਾ ਖੜਾ, ਕੱਦ ਕਾਠ ਬਹੁਤ ਕਰੂਗਾ। ਬਾਕੀ ਜਾਣਕਾਰੀ ਮੈਂ ਬਾਈ ਤੋਂ ਪੁੱਛੂੰਗਾ, ਅਤੇ ਜਿਹੜੇ ਬੱਕਰੀਆਂ ਦੇ ਸ਼ੌਕੀਨ ਨੇ ਵੀਰ ਉਹਨਾਂ ਨੂੰ ਬਾਈ ਥੋੜ੍ਹੀ ਜਿਹੀ ਜਾਣਕਾਰੀ ਵੀ ਦੇਊਗਾ ਜਿਹੜੇ ਨਵੇਂ ਬੰਦੇ ਰੱਖਦੇ ਨੇ। ਅਤੇ ਬਾਕੀ ਦੋਸਤੋ ਜਿਹੜੀ ਆ ਚਿੱਟੇ ਰੰਗ ਦੀ ਬੱਕਰੀ ਆ, ਬਾਈ ਕਹਿੰਦਾ ਇਹਨੇ ਬੱਚੇ 3 ਦੇਤੇ, ਮੈਨੂੰ ਤਾਂ ਯਕੀਨ ਜਿਹਾ ਆਉਂਦਾ ਨਹੀਂ ਦੇਖ ਕੇ। ਬਾਈ ਕਹਿੰਦਾ 1 ਹੋ ਗਿਆ ਸ਼ਹੀਦ, 2 ਬਾਈ ਕਹਿੰਦਾ ਹੈਗੇ ਨੇ ਇਸ ਟਾਈਮ। ਬਾਕੀ ਗੱਲਬਾਤ ਸਾਰੀ ਤੁਹਾਡੀ ਮੈਂ ਗਗਨ ਬਰਾੜ ਨਾਲ ਕਰਾਊਂਗਾ। ਆਹ ਬੋਕ ਦਾ ਕੀ ਸੀਨ ਆ ਬਾਈ, ਕੀ ਡਿਟੇਲ ਆ ਇਹਦੀ? ਬੋਕ ਵੀਰੇ ਚੰਗਾ ਬੱਚਾ ਇੱਕ ਤਾਂ, ਅੱਛਾ ਅੱਖ ਚਿੱਟੀ ਦਾ ਹੈਗਾ, ਨਕੌੜਾ ਬਹੁਤ ਸੋਹਣਾ ਹੈਗਾ, ਕੰਨਾਂ ਦੀ ਲੈਂਥ ਬਹੁਤ ਵਧੀਆ ਹੈਗੀ, ਇਹ ਹਾਲੇ ਖੀਰਾ ਬੱਚਾ ਹੈ ਬਾਈ, 8-9 ਮਹੀਨਿਆਂ ਦਾ ਬੱਚਾ ਇਹ। ਕਿੰਨੀ ਕੁ ਹੁਣ ਹਾਈਟ ਹੋਊ? ਹਾਈਟ ਇਹਦੀ ਹੈਗੀ ਵੀਰੇ 37। 37? ਹਾਂ 37 ਪਲੱਸ ਇਹ ਹੋਊਗੀ। ਕਿੰਨੀ ਕੁ ਕਰ ਜੂਗਾ ਫਿਰ ਇਹ ਤੇਰੇ ਹਿਸਾਬ ਨਾਲ? ਹਾਈਟ ਵੀਰੇ ਇਹਦੇ ਬਾਪ ਦੀ ਹੈਗੀ ਸੀਗੀ 44-45। ਅੱਛਾ ਜੀ। ਹਾਂ 44-45 ਹਾਈਟ ਹੈਗੀ ਸੀ, ਇਹਦਾ ਫਾਦਰ ਸੀ ਜਿਹੜਾ ਉਹ ਵੀ ਆਪਣੇ ਫਰੈਂਡ ਦੇ ਸਰਕਲ 'ਚ ਸੀਗਾ। ਅੱਛਾ ਬਾਈ। ਅਤੇ ਇਹਦੀ ਮਾਂ ਵੀ ਬਹੁਤ ਚੰਗੀ ਹੈਗੀ, ਅਤੇ ਆਪਣੇ ਕੋਈ ਇਹ ਐ ਨਹੀਂ ਸ਼ੌਂਕ ਨੂੰ ਰੱਖਿਆ ਹੈਗਾ, ਬਰੀਡਰੇ ਤਿਆਰ ਕਰਨਾ ਆਪਾਂ, ਕੋਈ ਐਂ ਨਹੀਂ ਗਾ ਵੀ ਇਹ ਵੇਚਣ ਵਾਸਤੇ ਜਾਂ ਕੋਈ ਆਪਾਂ ਨੇ ਉਹ ਰੱਖਣਾ, ਆਪਣਾ ਆਪਦੀਆਂ ਬੱਕਰੀਆਂ ਵਾਸਤੇ ਰੱਖਣਾ ਹੈਗਾ। ਅਤੇ ਬੋਕ ਦੀ ਕੰਨਾਂ ਦੀ ਲੈਂਥ ਦੇਖੋ ਤੁਸੀਂ, ਅਤੇ ਆਪਣਾ ਅੱਖਾਂ ਦੇਖ ਲਓ ਵੀਰੇ, ਕੰਨ ਨੱਕ ਵਧੀਆ ਕੁਆਲਿਟੀ ਦਾ ਬੋਕ ਬਣੂਗਾ ਜਿੱਦਣ ਹੋ ਗਿਆ, ਹਾਲੇ ਤਾਂ ਇਹ ਬੱਚਾ ਮੰਨ ਕੇ ਚੱਲੋ। ਅੱਛਾ ਬਾਈ, ਜਿਹੜੇ ਨਵੇਂ ਬੰਦੇ ਬੱਕਰੀਆਂ ਰੱਖਦੇ ਨੇ ਮਤਲਬ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਵੀਰੇ ਆਪਾਂ ਇੰਨੇ ਜੋਗਰੇ ਤਾਂ ਹੈ ਨਹੀਂ ਵੀ ਆਪਾਂ ਕਿਸੇ ਨੂੰ ਸਲਾਹ ਦੇ ਸਕੀਏ, ਹੈ ਨਾ, ਪਰ ਇੰਨਾ ਕੁ ਜ਼ਰੂਰ ਹੈ ਮੈਨੂੰ 2 ਸਾਲ ਹੋ ਗਏ ਰੱਖਦੇ ਨੂੰ, ਇੰਨੇ ਕੁ ਚਲੋ ਕੰਮ ਕਰਨ ਨਾਲ ਤਜਰਬਾ ਆਉਂਦਾ, ਹੈ ਨਾ, ਵੱਡੀ ਗੱਲ ਤਾਂ ਇਹ ਹੈ ਚਾਹੇ 1-2 ਤੋਂ ਸ਼ੁਰੂ ਕਰ ਲਓ, ਮਾੜਾ ਤੁਹਾਨੂੰ ਇਹ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਆ। ਜਿਹੜੇ ਬਾਈ ਨਵੇਂ ਨਵੇਂ ਬਾਲੀਆਂ ਮਹਿੰਗੀਆਂ ਲੈ ਲੈਂਦੇ ਨੇ, ਨਾ ਨਾ ਵੀਰੇ ਐਂ ਤਾਂ ਚਲੋ ਅਗਲੇ ਦੀ ਜੇਬ ਦੇਖਦੀ ਆ, ਪਰ ਵੱਡੀ ਗੱਲ ਇਹ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪਹਿਲਾਂ ਮਹਿੰਗਾ ਜਾਨਵਰ ਲਓ, ਪਹਿਲਾਂ ਚਾਹੇ ਤੁਸੀਂ 2 ਪੱਠਾ ਲੈ ਆਓ ਘਰੇ, ਵੱਡੀ ਗੱਲ ਤਾਂ ਤੁਹਾਡੇ ਘਰ ਦਾ ਸਹਿਯੋਗ ਹੋਣਾ ਚਾਹੀਦਾ ਹੈਗਾ ਸਾਰਿਆਂ ਨਾਲੋਂ ਵੱਡੀ ਗੱਲ। ਤੁਹਾਡੇ ਮੰਨ ਲਓ ਜੇ ਸ਼ਾਦੀਸ਼ੁਦਾ ਤੁਹਾਡੀ ਜਿਹੜੀ ਵਾਈਫ ਹੈ ਉਹਦਾ ਵੀ ਨਾਲ ਸਹਿਯੋਗ ਜ਼ਰੂਰੀ ਹੈ, ਬੱਚਿਆਂ ਦਾ ਸਹਿਯੋਗ ਜ਼ਰੂਰੀ ਹੈ, ਹੈ ਨਾ। ਨੰਬਰ 2 'ਤੇ ਵੀਰੇ ਚਾਹੇ 2 ਪੱਠਾ ਲਿਆਓ ਸਿੱਖ ਕੇ ਮਾੜਾ ਮੋਟਾ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਖੁਰਾਕ ਕੀ ਆ, ਜੇ ਇਹਨੂੰ ਮੋਕ ਲੱਗ ਗਈ ਤਾਂ ਇਹਨੂੰ ਕੀ ਦੇਣਾ ਹੈਗਾ, ਜੇ ਇਹਨੂੰ ਖੰਘ ਛਿੜ ਗਈ ਤਾਂ ਕੀ ਦੇਣਾ, ਜੇ ਬੁਖਾਰ ਹੈ ਤਾਂ ਕੀ ਦੇਣਾ, ਤੁਹਾਨੂੰ ਘਰੇ ਪਤਾ ਹੋਣਾ ਚਾਹੀਦਾ ਮੁੱਢਲੀ ਸਹਾਇਤਾ ਇਹਦੀ ਮੇਨ ਕੀ ਹੈਗੀ ਵੀਰੇ, ਵੱਡੀ ਗੱਲ ਆ। ਮੇਨ ਮੋਕ ਬਾਰੇ ਦੱਸੋ ਵੀ, ਜਿਹਨੂੰ ਮੋਕ ਲੱਗ ਜੇ। ਮੋਕ ਵੀਰੇ ਦੇਖੋ ਜਿਵੇਂ ਆਪਾਂ ਹੁਣ ਮੋਕ ਲੱਗ ਗਈ ਮੰਨ ਕੇ ਚਲੋ, ਆਮ ਹਲਦੀ ਦੇਤੀ, ਹੈ ਨਾ,
ਜਾਂ ਸਰੋਂ ਦਾ ਤੇਲ ਕਿੰਨੀ ਮਾਤਰਾ ਚ ਦੇਣੀ ਹੈ? ਹਲਦੀ ਇੱਕ ਚਮਚਾ, ਅੱਧਾ ਇੱਕ ਚਮਚਾ ਮੰਨ ਕੇ ਚਲੋ ਸਰੋਂ ਦੇ ਤੇਲ ਚ ਦੇ ਦਿਓ ਵੀਰੇ। ਠੀਕ ਹੈ ਜੀ। ਤੇ ਨੰਬਰ 2 ਤੇ ਜਾਮਣ ਦੇ ਪੱਤੇ ਹੋਵੇ, ਜਿੱਦਾਂ ਪੱਤੇ ਦੇ ਸਕਦੇ ਹੋ ਤੁਸੀਂ, ਪੱਤੀ ਦਾ ਵੈਸੇ ਵੀ ਗੁਣਾਕਾਰੀ ਇਹਨਾਂ ਨੂੰ, ਜਾਮਣ ਦੇ ਪੱਤੇ ਬਹੁਤ ਗੁਣਾਕਾਰੀ ਨੇ ਵੀਰੇ, ਖਾਸ ਕਰਕੇ ਮੂਕ ਵਾਸਤੇ। ਠੀਕ ਹੈ ਜੀ। ਹਾਂਜੀ। ਤੇ ਬਾਕੀ ਇਹਦੇ 'ਚ ਚਮਕ ਜੀ ਬਹੁਤ ਆ ਰਹੀ ਹੈ ਬਾਈ ਕਲਰ 'ਚ। ਹਾਂਜੀ, ਪੂਰੇ ਸ਼ਾਇਦ ਨਾ ਦਿਸੇ ਕੈਮਰੇ 'ਚ, ਅੱਖਾਂ ਨੂੰ ਦੇਖਣ ਨੂੰ ਲੱਗਦੀ ਹੈ ਚਮਕ ਬੜੀ ਹੈ ਬੂਕ 'ਚ। ਚਮਕ ਵੀਰੇ ਇਹਦੀ ਕੁਆਲਿਟੀ ਹੀ ਬਹੁਤ ਸੋਹਣੀ ਹੈਗੀ। ਅੱਛਾ ਬਾਈ, ਇਹਦਾ ਨਕੌੜਾ ਦਿਖਾਈ ਮਾੜਾ, ਮੂੰਹ ਟੇਢਾ ਕਰੀ ਇੱਕ ਵਾਰੀ, ਆਹ ਦੇਖ ਲਓ ਦੋਸਤੋ ਕੀ ਰਹੇਗਾ ਬਾਈ, ਹਲੇ ਕੀੜਾ ਬੱਚਾ ਹੈਗਾ। ਬਾਈ ਨੇ ਦੰਦ ਵੀ ਦਿਖਾਉਣ ਦੀ ਕਰ ਰਿਹਾ ਕੋਸ਼ਿਸ਼, ਬਾ ਠੀਕ ਹੈ ਬਾਈ, ਕੀੜਾ ਬੱਚਾ ਵੀਰੇ ਹਲੇ। ਹਲ ਤਾਂ 8-9 ਮਹੀਨਿਆਂ ਦਾ ਹੋਇਆ ਵੀਰੇ। ਜਿਹੜੀ ਉਹ ਚਿੱਟੀ ਬੱਕਰੀ ਨਹੀਂ ਖੜੀ ਸਾਹਮਣੇ? ਹਾਂਜੀ। ਉਹਦਾ ਕੀ ਸੀਨ ਆ, ਕਿੰਨਵੇਂ ਸੂਏ ਸੂਏ? ਉਹ ਵੀਰੇ ਐਤਕੀ ਦੂਜੇ ਸੂਏ ਸੂਈ ਹੈਗੀ ਤੇ 3 ਦਿੱਤੀਆਂ ਸੀ ਪੱਠਾ ਉਹਨੇ। ਅੱਛਾ ਜੀ। ਹਾਂ, 3 ਪੱਠਾ ਸੀਗੀਆਂ, ਉਹ ਵੀ ਪੱਠਾ ਬਹੁਤ ਸੋਹਣੀਆਂ ਨੇ, ਚਿੱਟੀ ਅੱਖ ਦੀਆਂ ਨੇ, ਵਧੀਆ ਨਕੌੜਾ ਉਹਨਾਂ ਦਾ ਵੀ, ਕੰਨਾਂ ਦੀ ਲੈਂਥ ਲੁੰਥ। ਆਹ 2 ਨੇ ਜਿਹੜੀਆਂ ਖੜੀਆਂ? ਹਾਂ, ਇਹ 2 ਹੈਗੀਆਂ ਨੇ ਵੀਰੇ, ਇੱਕ ਗੁਜ਼ਰ ਗਈ ਸੀਗੀ, ਇੱਕ ਬਾਈ ਕਹਿੰਦਾ ਇੱਕ ਦੀ ਹੋ ਗਈ ਡੈਥ। ਇਹ ਹੋ ਗਈ ਵੀਰੇ 2 ਮਹੀਨਿਆਂ ਦੀ ਪੱਠ ਹੋ ਗਈ, ਉਸੇ ਦੀ ਪੱਠ ਹੈਗੀ ਇਹ ਆਪਣੀ। ਇਹ ਕਿਹੜੇ, ਇਸੇ ਬੋਕ ਦੀਆਂ ਨੇ ਬਾਈ? ਨਹੀਂ ਵੀਰੇ, ਇਹਦੀਆਂ ਨਹੀਂ ਹੈਗੀਆਂ, ਇਹਦੇ ਬਾਪ ਦੀਆਂ ਨੇਗੀਆਂ ਇਹ। ਅੱਛਾ। ਹਾਂ, ਰਿਜ਼ਲਟ ਸੋਹਣਾ ਕਰਦਾ ਬਾਈ, ਰਿਜ਼ਲਟ ਪੂਰਾ ਸੋਹਣਾ ਹੈ ਵੀਰੇ, ਇਹਦਾ ਵੀ ਸੋਹਣਾ ਹੋਊਗਾ। ਬਾਕੀ ਆਹ ਬੱਕਰੀ ਹੈ ਵੀਰੇ ਕਾਲੀ ਆਪਣੀ, ਹਾਂਜੀ, ਇਹ ਭਲੂਣ ਸੂਈ ਹੈ ਐਤਕੀ। ਅੱਛਾ ਜੀ। ਇਹ 2 ਬੱਚੇ ਨੇ, ਬੱਚੇ ਤਾਂ ਥੋੜਾ ਜਿਹਾ ਬੋਕ ਨਾ ਦੇਸੀ ਜਿਹਾ ਸੀਗਾ, ਉਹ ਤੇ ਆਪਣੇ ਬਾਪ ਤੇ ਚੱਲ ਗਏ। ਭਲੂਣ ਨੇ 2 ਦਿੱਤੇ? ਹਾਂ, ਇਹ ਕਹਿੰਦੇ 2 ਦਿੱਤੇ। ਨਾ ਨਾ ਵੀਰੇ, 2 ਦਿੱਤੇ ਨੇ ਭਲੂਣ ਨੇ, ਭਲੂਣ ਸੂਈ ਹੈ, ਹਲੇ 2 ਦੰਦ ਹੋਈ ਹੈਗੀ ਇਹ ਪੱਠ, 37-38 ਇੰਚ ਇਹਦਾ ਕੱਦ ਹੈਗਾ, ਹੁਣ ਫੇਰ ਗੱਭਣਾ ਹੈਗੀ। ਆਹਾ ਬਾਈ। ਹਾਂ, ਤੇ ਇਹਨੇ ਵੀਰੇ ਸਾਰਿਆਂ ਨਾਲ ਵੱਡੀ ਗੱਲ ਕਿਸੇ ਨੂੰ ਮੈਂ ਦੱਸਦਾ, 4 ਲੀਟਰ ਦੁੱਧ ਦਿੱਤਾ ਇਹਨੇ ਬਾਈ। ਅੱਛਾ ਜੀ। ਹਾਂ, ਐਨ ਮੈਂ ਆਪਦੀਆਂ ਲੀਟਰ ਮਾਰ ਕੇ ਚੋਇਆ ਵੀਰੇ, 2 ਟਾਈਮਾਂ ਦਾ 2-2 ਲੀਟਰ ਦੁੱਧ ਕੱਢਿਆ। ਮੈਂ ਅਗਲਾ ਕਹਿ ਦਿੰਦਾ ਹੈਗਾ ਜੀ, ਬੱਕਰੀ ਐਂ ਨਹੀਂ ਦਿੰਦੀ, ਬਾਹ ਨਹੀਂ ਭਲੂਣ ਨਹੀਂ ਦਿੰਦੀ, ਨਾਲੇ ਕਾਮ ਕੋਈ ਜ਼ਿਆਦਾ ਵੱਡਾ ਕੱਦ ਨਹੀਂ, 37-36-37 ਇੰਚ ਇਹਦੀ ਹਾਈਟ ਆ। ਆਹ ਦੋਸਤੋ ਦੇਖ ਲਓ, ਬਾਈ ਕਹਿੰਦਾ 2 ਦੰਦ ਆ ਹਜੇ, ਕਹਿੰਦਾ 4 ਲੀਟਰ ਦੁੱਧ ਕੱਢਤਾ, 2 ਦੰਦ ਨੇ, 2 ਦੇ ਤੇ ਬੱਚੇ ਭਲੂਣ ਨੇ। ਬਹੁਤ ਸੋਹਣੀ ਬੱਕਰੀ ਆ ਦੋਸਤੋ, ਜੈੱਡ ਬਲੈਕ ਰੰਗ 'ਚ, ਪੂਛ ਦੀ ਬਹੁਤ ਲੰਬਾਈ ਆ, ਤੇ ਚਿੱਟੀਆਂ ਅੱਖਾਂ 'ਚ ਆ, ਸੋਹਣਾ ਨੱਕ ਨਕੌੜਾ, ਸਿੰਘ ਵੀ ਬੈਕ ਨੂੰ ਜਾਂਦੇ ਨੇ ਦੋਸਤੋ, ਕੋਈ ਬਹੁਤੇ ਖਰਾਬ ਨਹੀਂ ਕਹਿ ਸਕਦੇ ਆਪਾਂ, ਚੰਗੇ ਘਰ ਦੀ ਪੱਠ ਆਪਣੀ ਰੱਖੀ ਬਾਈ ਇਹਦੀ। ਇਹਦੀ ਮਾਂ ਦਾ ਪਤਾ ਬਾਈ ਕਿੱਥੇ ਆ? ਇਹਦੀ ਮਾਂ ਦਾ ਨਹੀਂ ਪਤਾ ਵੀਰੇ, ਇਹ ਤਾਂ ਇੱਕ ਯਾਰ ਦੋਸਤ ਨੇ ਨਾ, ਸਭ ਤੋਂ ਪਹਿਲੀਆਂ 'ਚ ਮੈਨੂੰ ਵੈਸੀ ਉਈ ਸ਼ੌਂਕ ਨੂੰ ਮੈਂ ਘਰੇ ਬੱਚਿਆਂ ਵਾਸਤੇ ਲੈ ਕੇ ਆਇਆ ਸੀ, ਇਹਨੂੰ 2,000 ਰੁਪਏ ਦੀ ਲਿਆਂਦੀ ਸੀ ਇਹ। ਅੱਛਾ ਬਾਈ। ਹਾਂ, ਘਰੇ ਬੱਚੇ ਕਹਿੰਦੇ ਵੀ ਪੱਠ ਰੱਖਣੀ ਆ, ਵੈਸੇ ਆਪਾਂ ਨੂੰ ਕੋਈ ਨੌਲੇਜ ਨਹੀਂ ਸੀਗੀ, ਯਾਰ ਦੋਸਤ ਫਿਰਦਾ ਸੀ ਇੱਥੇ, ਮਿੱਤਰ ਪਿਆਰ ਆਪਣਾ ਕੋਈ ਗੁਆਂਢੀ, ਕਹਿੰਦਾ ਚੱਲ ਜਾ ਰਾਹ ਲੈ ਲੈ ਤੂੰ, ਹੁਣ ਉਹਨੇ ਪਰ ਕਹਿ ਕੇ ਦਿੱਤੀ ਸੀ, ਕਹਿੰਦਾ ਦੇਊਂਗਾ ਤੈਨੂੰ ਤੋਹਫਾ। ਠੀਕ ਹੈ ਜੀ। ਦਿੱਤਾ ਤੋਹਫਾ ਹੀ ਆ ਬਾਈ? ਨਹੀਂ, ਹੈਗਾ ਤੋਹਫਾ ਹੀ ਆ ਬਾਈ, 2 ਦੰਦ ਨੇ ਹਨਾ, ਇਹਨੂੰ ਕੱਢੀ ਬਾਈ, ਐਂ ਨੂੰ ਮਾੜਾ ਜਿਹਾ ਦਿਖਾ ਦਈਏ, 2 ਦੰਦ ਨੇ ਬਾਈ, ਕਮਾਲ ਵਾਲੀ ਗੱਲ ਹੀ ਕਰਤੀ ਹੈ, 4 ਲੀਟਰ ਦੁੱਧ ਤੇ 2 ਬੱਚੇ। ਹਾਂ ਬਾਈ। ਕੱਦ ਕਿੰਨਾ ਕੁ ਦੱਸਿਆ ਜੀ ਬਾਈ ਇਹਦਾ? ਕੱਦ ਵੀਰੇ ਹੈਗਾ ਇਹਦਾ 36, ਖੜਾਈ ਇਹਨੂੰ ਇੱਥੇ ਇੱਕ ਵਾਰ, 36-36 ਹੈਗਾ ਇਹਦਾ ਕੱਦ, ਆਮ 2 ਦੰਦ ਹੋਈ ਹੈਗੀ ਵੀ ਹਲੇ, ਆ ਦੇਖ ਲਓ, ਦੇਖ ਸਕਦੇ ਹੋ ਬਾਈ, ਆ 2 ਦੰਦ ਨੇ ਦੋਸਤੋ, ਜਿਹੜੇ ਵੱਡੇ ਨੇ ਚੌੜੇ ਨੇ। ਤੇ ਨੰਬਰ 2 ਤੇ ਇੱਕ ਬਾਈ ਹੋਰ ਵੀ ਆ, ਹੁਣ ਇਹ ਹੋ ਗਈ ਇਹ 3 ਮਹੀਨਿਆਂ ਦੀ ਗੱਭਣ ਹੋ ਗਈ ਦੁਬਾਰ ਤੋਂ। ਸੂਈ ਨੂੰ ਕਿੰਨੀ ਦੇਰ ਹੋ ਗਈ ਬਾਈ? ਸੂਈ ਨੂੰ ਵੀਰੇ ਹੋ ਗਏ ਇਹਨੂੰ 5-6 ਮਹੀਨੇ ਹੋ ਗਏ। ਅੱਛਾ। ਹਾਂ, 5-6 ਮਹੀਨੇ ਹੋ ਗਏ ਸੂਈ ਨੂੰ ਬਾਈ, 3 ਮਹੀਨਿਆਂ ਦੀ ਦੁਬਾਰੋਂ ਇਹ ਗੱਭਣ ਹੋ ਗਈ ਤੇ ਰਹਿ ਵੀ ਗਈ, ਅੱਜ ਵੀ ਵੀਰੇ ਇਹਦੇ ਥੱਲੇ 2.5 ਲੀਟਰ ਦੁੱਧ ਹੈਗਾ ਅੱਜ ਵੀ। ਹੁਣ ਇਹ ਗੱਭਣ ਕਿਹੜੇ ਬੁੱਕ ਤੋਂ ਕਰਾਈ? ਗੱਭਣ ਆਪਣੇ ਵਾਲੇ ਇੱਥੇ ਕਰਵਾਈਏ ਵੀਰੇ, ਇਸੇ ਤੋਂ ਵੈਸੇ ਮੈਂ ਛੱਡਦਾ ਨਹੀਂ ਹੈਗਾ, ਇਹ ਬਸ ਬੱਚੇ ਲੈਣ ਵਾਸਤੇ ਇਕੱਲੀ ਕਰਵਾਈਏ। ਅੱਛਾ ਬਾਈ। ਹਾਂ, ਹਲੇ ਆਪਾਂ ਸਾਲ ਤੋਂ ਪਹਿਲਾਂ ਇਹਨੂੰ 1.5-1.5 ਸਾਲ ਛੱਡਦੇ ਨੇ। 2000 ਚ ਨਾ ਤੇਰੀ ਲਾਟਰੀ ਜੀ ਲੱਗ ਗਈ। ਹਾਂ, ਬਸ ਐਂ ਲਾ ਲਓ ਵੀਰੇ, ਲਾਟਰੀ ਲਾ ਲਓ ਨਾ ਪੁੱਤ।
ਲਾਟਰੀ ਜੇ ਲਾ ਲਓ। ਅੱਗੇ ਹੋਰ ਵੀ ਵਧਾਵੇਂਗਾ ਬੱਕਰੀਆਂ? ਹਾਂ ਵੀਰੇ, ਸਲਾਹ ਹੈਗੀ ਵੀ 5-4 ਹੋਰ ਕਰਕੇ 10-15 ਨਾਗ, ਜਿਵੇਂ 7-8 ਹੈਗੇ ਨੇ, 5-7 ਹੋਰ ਕਰਕੇ ਸਲਾਹ ਹੈ ਵੀ ਖੇਤੀਬਾੜੀ 'ਚ। ਵੀਰੇ ਤੁਹਾਨੂੰ ਪਤਾ ਅੱਜ ਕੱਲ੍ਹ ਯਾਰ, ਹੈ ਨਾ ਵੀ ਠੇਕੇ ਥੱਲੇ 'ਤੇ ਲੈ ਕੇ ਉਹ ਗੱਲ ਨਹੀਂ ਬਣਦੀ, ਇਹਦੇ ਨਾਲ ਬੰਦਾ ਆਪਦੀਆਂ ਕੋਈ, ਜੇ ਤੁਸੀਂ 10 ਬੱਕਰੀਆਂ ਰੱਖ ਰਹੇ ਹੋ ਸਿੱਖ ਕੇ ਵਧੀਆ ਧਿਆਨ ਨਾਲ ਕੰਮ ਕਰ ਰਹੇ ਹੋ ਆਪ ਮਿਹਨਤ ਕਰਕੇ, ਕਿਉਂਕਿ ਕੋਈ ਵੀ ਕੰਮ ਹੈ ਵੀਰੇ ਜਦੋਂ ਤੱਕ ਤੁਹਾਡੇ ਅੰਦਰ ਲੱਗਣਾ ਹੈ ਨਾ, ਫਿਰ ਇਹ ਗੱਲ ਬਣਦੀ ਹੈ, ਬਿਨਾਂ ਲੱਗਣ ਤੋਂ ਉਹ ਗੱਲ ਨਹੀਂ ਬਣਦੀ ਹੈਗੀ। ਬਾਕੀ ਨਾ ਦੋਸਤੋ, 22 ਦੀ ਇੱਕ ਦਿਨ ਸਪੈਸ਼ਲ ਇੰਟਰਵਿਊ ਕਰਾਊਂਗਾ, ਆਪਾਂ ਤਾਂ 22 ਨੂੰ ਬੜਾ ਨੇੜ ਤੋਂ ਜਾਣਦੇ ਹਾਂ, ਮਤਲਬ ਜਦੋਂ 22 ਦੀਆਂ ਗੱਲਾਂ ਬਾਤਾਂ ਨਾ ਤੁਹਾਨੂੰ ਮੈਂ ਪੁੱਛ ਕੇ ਦੱਸੂਗਾ ਜ਼ਿੰਦਗੀ ਬਾਰੇ ਵੀ, 22 ਹੋਰਾਂ ਨੇ ਹੈ ਨਾ ਪਹਿਲਾਂ ਕਿੱਥੇ ਕਿੱਥੇ ਕੀ ਕਰਿਆ, ਹੈ ਨਾ ਐਂ ਸਮਝ ਲਓ ਬਾਈ, ਹੈ ਨਾ 22 ਹੋਰੀ ਮੱਛੀ ਜਿਵੇਂ ਕਹਿੰਦੇ ਨੇ ਪੱਥਰ ਚੱਟ ਕੇ ਮੁੜਦੀ ਆ, 22 ਹੋਰਾਂ ਨੇ ਕੋਈ ਕੰਮ ਮੇਰਾ ਖਿਆਲ ਹੈ ਛੱਡਿਆ ਨਹੀਂ ਕਰੇ ਬਿਨਾਂ, ਕਿਉਂਕਿ ਸਾਡੇ ਇਲਾਕੇ ਵਾਲੇ ਨੂੰ ਤਾਂ ਪਤਾ ਹੀ ਹੈ 22 ਗਗਨ ਬਰਾੜ ਦਾ ਨਾਮ, ਜੀ ਤੋਂ ਮਰਜ਼ੀ ਪੁੱਛ ਲਿਓ ਆ ਕੇ। ਪਰ ਬੜਾ ਚੰਗਾ ਲੱਗਿਆ 22 ਨੂੰ ਮਿਲ ਕੇ, ਬੜੀ ਸੇਧ ਵਾਲਾ 22 ਹੈਗਾ, ਬੜੀ ਚੰਗੀ ਸੇਧ ਮਿਲੂਗੀ 22 ਦੀ ਜਦੋਂ ਆਪਾਂ ਇੰਟਰਵਿਊ ਕਰਾਂਗੇ। ਆ 22 ਨੇ ਕੁੱਕੜ ਵੀ ਰੱਖ ਰੱਖੇ ਨੇ, ਮੈਂ ਇੱਥੋਂ ਦੀ ਇਹ ਦਿਖਾ ਦੇਣਾ ਤੁਹਾਨੂੰ, ਕਈ ਨੇ ਕੁੱਕੜ ਅੰਦਰ, ਕੜਕਨਾਥ ਦੇਸੀ 22 ਨੇ ਨਾ। ਐਂ ਮੰਨ ਲਓ ਵੀ ਇੱਕ ਦੁਬਾਰੇ ਜਨਮ ਲੈਣ ਵਾਲੀ ਗੱਲਬਾਤ ਹੀ ਆ ਦੋਸਤੋ, ਇੱਕ ਦਿਨ ਫੁੱਲ ਇੰਟਰਵਿਊ ਕਰੂੰਗਾ 22 ਤੋਂ, ਅਤੇ ਸਾਰੀ ਜਾਣਕਾਰੀ ਲੈ ਕੇ 22 ਦੀ ਆਪਣੇ ਚੈਨਲ 'ਤੇ ਜ਼ਰੂਰ ਪਾਵਾਂਗੇ। ਆਹ ਦੇਖ ਲਓ ਦੋਸਤੋ ਕਿਵੇਂ ਸ਼ਰਾਰਤਾਂ ਕਰੀ ਜਾਂਦਾ, ਟੱਕਰਾਂ ਮਾਰਦਾ ਮਗਰ ਹਟ ਹਟ ਕੇ। ਆਹ ਦੋਸਤੋ ਉਹੀ 2000 ਦੀ ਲਾਟਰੀ ਵਾਲੀ ਇੱਕ ਵਾਰੀ ਫੇਰ ਦਿਖਾ ਦੇਣਾ ਤੁਹਾਨੂੰ ਮੈਂ, ਕਮਾਲ ਦੀ ਗੱਲ ਹੀ ਹੈ ਵੀ ਦੇਖਣ ਨੂੰ ਲੱਗਦਾ ਨਹੀਂ ਹੈਗਾ, ਪਰ 22 ਕਹਿੰਦਾ ਆਪਾਂ ਨੇ ਮਿਣਿਆ ਹੈਗਾ ਦੁੱਧਾ ਜਿਹੜਾ ਇਹਦਾ 4 ਲੀਟਰ ਭਲੂਣ ਦਾ, 2 ਦੰਦ ਦਾ। ਆਹ ਦੇਖ ਲਓ ਦੋਸਤੋ ਨੇੜ ਤੋਂ, ਅੱਜ ਵੀ ਵੀਰੇ ਮੈਂ ਝੋਲਾ ਖੋਲ ਕੇ ਤੁਹਾਨੂੰ ਥਣ ਥੁਣ ਦਿਖਾ ਸਕਦੇ ਹਾਂ। ਦਿਖਾਈ ਬਾਈ ਖੋਲ ਕੇ ਮਾੜਾ ਜਿਹਾ, ਆਹ ਚੌੜਾ ਕਰੀ ਜਾਂਦਾ ਦੋਸਤੋ। ਬਾਹਲੇ ਸਾਫ ਲੇਵੇ ਦੀ ਆ ਬਾਈ, ਹੈ ਨਾ ਥੱਲੇ ਬਾਹਰੇ ਕੱਢਦਾ ਵੀਰੇ, ਉਰੇ ਤਾਂ ਇਹ ਬੱਚੇ ਤੰਗ ਕਰ ਰਹੇ। ਠੀਕ ਹੈ, ਇਹਨੂੰ ਬਾਹਰ ਲੈ ਚੱਲ ਬਾਈ, ਉੱਥੇ ਦਿਖਾਉਂਦੇ ਹਾਂ, ਕਰਦੇ ਹਾਂ ਇਹਨੂੰ। ਆਹ ਦੇਖ ਲਓ ਦੋਸਤੋ ਉਹੀ 2000 ਵਾਲੀ ਪੱਠ ਹੈ, ਲਾਟਰੀ ਵਾਲੀ ਹੈ ਜਿਹੜੀ। ਅੱਜ ਵੀ ਵੀਰੇ ਐਂ ਲਾ ਲਓ ਵੀ 2-2.5 ਲੀਟਰ ਦੁੱਧ ਹੈਗਾ ਦੋਵੇਂ ਟਾਈਮਾਂ ਦਾ, ਲੀਟਰ ਲੀਟਰ ਮੈਂ ਅੱਜ ਵੀ ਚੋਣਾ ਇਹਨੂੰ। 4 ਲੀਟਰ ਦੁੱਧ ਕੱਢਤਾ 22 ਕਹਿੰਦਾ, 2 ਦੰਦ ਨੇ, ਹੈ ਨਾ ਇੱਕ ਕਮਾਲ ਵਾਲੀ ਗੱਲਬਾਤ ਹੀ ਹੈ ਵੀ 4 ਲੀਟਰ ਅਤੇ 2 ਬੱਚੇ ਭਲੂਣ ਨੇ ਦੇਤੇ ਦੋਸਤੋ। 2000 ਦੀ ਇਹਦੇ ਮਿੱਤਰ ਨੇ 22 ਦੇ ਨੇ ਨਾ ਕਿਸੇ ਨੇ ਗਿਫਟ ਕਰੀ ਤੀ 22 ਨੂੰ, ਪਹਿਲਾ ਜਨਵਰੀ ਲੈ ਕੇ ਆਇਆ ਤੀ 22। ਆਹ ਦੇਖ ਲਓ ਲੇਵਾ ਕਿੰਨਾ ਸਾਫ਼ ਆ, ਇਹ ਗਿਫਟ ਮੇਰਾ ਖਿਆਲ ਆ 22 ਨੂੰ ਯਾਦ ਵੀ ਰਹੂਗਾ ਹਮੇਸ਼ਾ, ਅਤੇ ਚੰਗੇ ਜਾਨਵਰ ਪਾਲਣ ਦੀ ਇਹਨੂੰ ਸੇਧ ਵੀ ਦਿੰਦਾ ਰਹੂਗਾ। ਸੀਲ ਵੀ ਬਹੁਤ ਹੈ ਵੀਰੇ ਯਾਰ, ਪਿਆਰ ਵੀ ਬੱਚਿਆਂ ਵਾਂਗੂ ਇਹਦਾ। ਅਤੇ ਬਾਕੀ ਦੋਸਤੋ ਇੱਕ ਵਾਰੀ ਫਿਰ 22 ਦੇ ਸਾਰੇ ਜਾਨਵਰ ਦਿਖਾ ਦੇਣਾ, ਬਾਕੀ ਨਾ 22 ਨਾਲ ਇੱਕ ਦਿਨ ਸਪੈਸ਼ਲ ਟਾਈਮ ਕੱਢ ਕੇ 22 ਤੋਂ ਲੈ ਕੇ ਸਮਾਂ, ਹੈ ਨਾ 22 ਕੋਲ ਵੀ ਸਮਾਂ ਘੱਟ ਹੁੰਦਾ, 22 ਦੀ ਫੁੱਲ ਇੰਟਰਵਿਊ ਕਰਕੇ ਆਪਣੇ ਚੈਨਲ 'ਤੇ ਪਾਵਾਂਗੇ। 22 ਨੇ ਜ਼ਿੰਦਗੀ 'ਚ ਕੀ ਸੰਤਾਪ ਹੰਢਾਏ ਨੇ, 22 ਕਿਹੜੇ ਕਿਹੜੇ ਕੰਮਾਂ 'ਚੋਂ ਕਿੱਥੋਂ ਕਿੱਥੋਂ ਮੁੜ ਕੇ ਆਇਆ, ਅਤੇ ਅੱਜ ਕੱਲ੍ਹ ਬੜੇ ਮਤਲਬ ਚੰਗੇ ਅਤੇ ਨੇਕ ਕੰਮ ਕਰ ਰਿਹਾ 22, ਜਾਨਵਰ ਰੱਖ ਰਿਹਾ ਘਰੇ, ਅਤੇ ਸਬਜ਼ੀ ਦਾ ਕੰਮ ਵੀ ਕਰਦਾ 22, ਖਾਸਾ ਵਾਹਣ ਸਬਜ਼ੀ ਦਾ ਵੀ ਲਾ ਆਉਂਦਾ। ਐਂ ਸਮਝ ਲਓ ਬਾਈ ਅੱਜ ਦੇ ਟਾਈਮ 'ਚ, ਹੈ ਨਾ 22 ਪੂਰਾ ਸੁਧਰਿਆ ਹੋਇਆ। ਆਹ 22 ਦੇ ਸਾਰੇ ਜਾਨਵਰ ਨੇ, ਉੱਧਰ ਕੁੱਕੜ ਬੈਠੇ ਨੇ, ਅਤੇ ਇਸੇ ਵੀਡੀਓ ਦੇ ਵਿੱਚ ਇੱਕ ਵੱਛੀ ਸੇਲ ਪਾਈ ਹੋਈ ਹੈ। ਇਦੂ ਬਾਅਦ 22 ਕਹਿੰਦਾ ਆਪਾਂ ਹੋਰ ਵੀ ਬਹੁਤ ਚੰਗੇ ਚੰਗੇ ਜਾਨਵਰ ਲੈ ਕੇ ਆਵਾਂਗੇ, ਅਤੇ ਬੱਕਰੀਆਂ ਦਾ ਕੰਮ ਵੀ 22 ਵਧਾਊਗਾ। ਆਹ ਦੇਖ ਲਓ ਦੋਸਤੋ ਆਹ ਬੋਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 22 ਦਾ ਵਧੀਆ ਨਾਮ ਬਣਾਊਗਾ, ਕੱਦ ਕਾਠ ਬਹੁਤ